ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਏਮਸ ਬਠਿੰਡਾ ਜੋ ਕਿ ਆਪਣੇ ਤਰ੍ਹਾਂ ਦਾ ਨੈਸ਼ਨਲ ਇੰਪੋਰਟੈਂਸ ਦਾ ਇੰਸਟੀਚਿਊਟ ਹੈ ਜੋ ਆਲਰੇਡੀ ਹੁਣ ਤੱਕ ਆਪਣੀਆਂ ਸਾਰੀਆਂ ਸੇਵਾਵਾਂ ਦੇ ਰਿਹਾ, ਇੱਕ ਅਨਦਰ ਮਾਈਲਸਟੋਨ ਅਸੀਂ ਅਚੀਵ ਕੀਤਾ ਹੈ ਕਿ ਵੀ ਹੈਵ ਗੋਟ ਸਾਨੂੰ ਕਿਡਨੀ ਟਰਾਂਸਪਲਾਂਟ ਕਰਨ ਲਈ ਲਾਈਸੈਂਸ ਜੋ ਕਿ ਨੈਸ਼ਨਲ ਔਰਗਨ ਟਰਾਂਸਪਲਾਂਟ ਔਰਗਨਾਈਜੇਸ਼ਨ ਦੇ ਥਰੂ ਸਟੇਟ ਵੱਲੋਂ ਮਿਲਦਾ ਹੈ, ਵੀ ਹੈਵ ਗੋਟ ਦੈਟ ਟਰਾਂਸਪਲਾਂਟ ਲਾਈਸੈਂਸ। ਇਸ ਟਰਾਂਸਪਲਾਂਟ ਲਾਈਸੈਂਸ ਮਿਲਣ ਦਾ ਮਤਲਬ ਇਹ ਹੈ ਕਿ ਹੁਣ ਅਸੀਂ ਜਿਹੜੇ ਨੀਡਫੁੱਲ ਪੇਸ਼ੈਂਟਸ ਨੇ, ਜਿਹੜੇ ਪੇਸ਼ੈਂਟਸ ਜਿਨ੍ਹਾਂ ਦੀਆਂ ਕਿਡਨੀਜ਼ ਫੇਲ ਨੇ, ਜਿਹੜੇ ਆਲਰੇਡੀ ਡਾਇਲਿਸਿਸ 'ਤੇ ਨੇ ਐਂਡ ਉਹਨਾਂ ਦੀ ਏਜ ਅਜੇ ਯੰਗ ਹੈ ਐਂਡ ਲਾਈਫ ਸਪੈਨ ਹੈਗਾ ਹੈ ਅਜੇ, ਜੇ ਉਹਨਾਂ ਨੂੰ ਟਰਾਂਸਪਲਾਂਟ ਦੀ ਸੁਵਿਧਾ ਮਿਲੇ ਤਾਂ ਉਹ ਇੱਕ ਅੱਛਾ ਜੀਵਨ ਐਂਡ ਹੈਲਦੀ ਜੀਵਨ ਜੋ ਹੈ ਸਪੈਂਡ ਕਰ ਸਕਦੇ ਨੇ। ਉਹਨਾਂ ਨੂੰ ਇੱਕ ਪਲੈਟਫਾਰਮ ਮਿਲੇਗਾ ਏਮਸ ਬਠਿੰਡਾ ਦੇ ਵਿੱਚ, ਬਿਕੋਜ਼ ਸਾਰੀਆਂ ਸੁਵਿਧਾਵਾਂ ਇੱਥੇ ਜਿਹੜੀਆਂ ਨੇ ਕੁਝ ਸਕੀਮਸ ਦੇ ਅੰਡਰ ਫਰੀ ਨੇ, ਪਲੱਸ ਬਾਕੀ ਕੋਸਟ ਜਿਹੜੀ ਆ ਉਹਨਾਂ ਦੀ ਘੱਟ ਹੈ। ਆਲਰੇਡੀ ਅਸੀਂ 5000 ਡਾਇਲਿਸਿਸ ਆਪਣੇ ਇੱਥੇ ਡਾਇਲਿਸਿਸ ਸੈਂਟਰ ਦੇ ਵਿੱਚ ਇੱਥੇ ਕਰ ਰਹੇ ਹਾਂ ਏਮਸ ਬਠਿੰਡਾ ਦੇ ਵਿੱਚ, ਐਂਡ ਇਹ ਜਿਹੜੇ ਡਾਇਲਿਸਿਸ ਪੇਸ਼ੈਂਟਸ ਨੇ ਇਹਨਾਂ ਦੇ ਵਿੱਚੋਂ 50 ਪੇਸ਼ੈਂਟਸ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਸੂਟੇਬਲ ਡੋਨਰ ਹੈ ਜਿਹੜਾ ਕਿ ਟਰਾਂਸਪਲਾਂਟ ਲਈ ਸੂਟੇਬਲ ਹੈ, ਉਹ ਉਹਨਾਂ ਨੂੰ ਕਿਡਨੀ ਦੇ ਸਕਦਾ ਹੈ, ਟਰਾਂਸਪਲਾਂਟ ਕੀਤਾ ਜਾ ਸਕਦਾ, ਔਰ ਉਹ ਸਾਰਾ ਅਸੀਂ ਵਰਕਅਪ ਕਰ ਚੁੱਕੇ ਹਾਂ। ਇਸ ਲਾਈਸੈਂਸ ਮਿਲਣ ਦੇ ਨਾਲ ਅਸੀਂ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ, ਇਹ ਸਾਰੇ ਪੇਸ਼ੈਂਟਸ ਜਿਨ੍ਹਾਂ ਨੂੰ ਡਾਇਲਿਸਿਸ ਦੇ ਉੱਤੇ ਹੈਗੇ ਨੇ, ਟਰਾਂਸਪਲਾਂਟ ਦੀ ਲੋੜ ਹੈ, ਇਹਨਾਂ ਦੇ ਵਰਕਅਪ ਕਰਕੇ ਅਤੇ ਵਿਦਇਨ ਨੈਕਸਟ 1-2 ਮਹੀਨੇ ਦੇ ਵਿੱਚ ਅਸੀਂ ਇੱਕ ਜੋ ਅਸੀਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਪਹਿਲਾ ਟਰਾਂਸਪਲਾਂਟ ਇੱਥੇ ਇਸ ਏਰੀਆ ਦੇ ਵਿੱਚ ਜੋ ਕਿ ਗੌਰਮੈਂਟ ਇੰਸਟੀਚਿਊਟ ਦੇ ਵਿੱਚ ਤੁਸੀਂ ਦੇਖੋ ਤਾਂ ਪੀ ਜੀ ਆਈ ਇੱਕ ਐਸਾ ਗੌਰਮੈਂਟ ਇੰਸਟੀਚਿਊਟ ਹੈ ਜਿੱਥੇ ਟਰਾਂਸਪਲਾਂਟ ਨੀਅਰ ਬਾਏ ਹੋ ਰਿਹਾ। ਇਸ ਤੋਂ ਇਲਾਵਾ ਆਸ ਪਾਸ ਦੀਆਂ 3-4 ਸਟੇਟਸ ਦੇ ਵਿੱਚ ਜੇ ਜੋਧਪੁਰ ਦਾ ਏਮਸ ਛੱਡ ਦੀਏ ਤਾਂ ਆਲੇ ਦੁਆਲੇ ਜੋ ਹੈ ਟਰਾਂਸਪਲਾਂਟ ਦੀ ਸੁਵਿਧਾ ਗੌਰਮੈਂਟ ਸੈਕਟਰ 'ਚ ਨਹੀਂ ਹੈ, ਹਾਲਾਂਕਿ ਪੰਜਾਬ ਦੇ ਵਿੱਚ 12 ਪ੍ਰਾਈਵੇਟ ਸੈਕਟਰਸ ਇਹੋ ਜਿਹੇ ਨੇ ਜਿਹੜੇ ਅਪਰੂਵਡ ਨੇ ਟਰਾਂਸਪਲਾਂਟ ਵਾਸਤੇ, ਬਟ ਬਹੁਤ ਸਾਰੇ ਪੇਸ਼ੈਂਟਸ ਜੋ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਕੰਸਰਨ ਹੈ ਉਹ ਫੈਸਿਲਿਟੀ ਅਵੇਲ ਨਹੀਂ ਕਰ ਪਾਉਂਦੇ। ਸੋ ਏਮਸ ਇੱਕ ਮਾਧਿਅਮ ਬਣੇਗਾ ਤੁਹਾਡੇ ਥਰੂ ਲੋਕਾਂ ਨੂੰ ਜਾਗਰੂਕਤਾ ਤੁਸੀਂ ਜੇ ਮਿਲੇ ਅਤੇ ਇੱਕ ਆਮ ਲੋਕਾਂ ਲਈ ਬੜੀ ਬੈਨੀਫਿਟ ਦੀ ਗੱਲ ਹੈ ਕਿ ਇੱਥੇ ਟਰਾਂਸਪੋਰਟ ਸੁਵਿਧਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਬੈਨੀਫਿਟ ਜ਼ਿਆਦਾ ਤੋਂ ਜ਼ਿਆਦਾ ਲੋਕ ਉਠਾ ਸਕਦੇ ਨੇ। ਸਰ ਕੀ ਖਰਚਾ ਆਏਗਾ ਇਸਦਾ? ਆਯੁਸ਼ਮਾਨ ਦੇ ਵਿੱਚ ਹੈ, ਸਰਕਾਰੀ ਆਯੁਸ਼ਮਾਨ ਸਕੀਮ ਦੇ ਵਿੱਚ ਇਹ ਫਰੀ ਹੋ ਸਕਦਾ, ਐਂਡ ਵੈਸੇ ਵੀ ਜੋ ਗੌਰਮੈਂਟ ਦੇ ਵਿੱਚ ਕੋਸਟ ਹੈ, ਜੋ ਬਾਕੀ ਸਰਜਰੀ ਦੀ ਕੋਸਟ ਹੈ ਏਮਸ ਦੇ ਵਿੱਚ ਬਹੁਤ ਹੀ ਜ਼ਿਆਦਾ ਨੋਮੀਨਲ ਹੈ, ਤੋ ਬਹੁਤ ਹੀ ਘੱਟ ਖਰਚਾ ਹੈ ਜੋ ਕਿ ਗਰੀਬ ਤੋਂ ਗਰੀਬ ਪੇਸ਼ੈਂਟ ਵੀ ਇਹਨੂੰ ਇਸ ਫੈਸਿਲਿਟੀ ਨੂੰ ਅਵੇਲ ਕਰ ਸਕਦੇ।